ਬੇਸਿਕਲੀ ਦੋ ਨੈਸ਼ਨਲ ਪਾਰਟੀਜ਼ ਨੇ ਮੌਜੂਦਾ ਟਾਈਮਸ ਦੇ ਵਿੱਚ, ਭਾਰਤੀ ਜਨਤਾ ਪਾਰਟੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ। ਤੁਸੀਂ ਭਾਵੇਂ ਰੀਜਨਲ ਪਾਰਟੀਜ਼ ਵੀ ਵੇਖ ਲਓ, ਗੱਲਾਂ ਸਾਰੇ ਬਹੁਤ ਸਾਰੀਆਂ ਕਰਦੇ ਨੇ। ਇੱਕ ਹੀ ਪਾਰਟੀ ਹੈ ਜਿਸ ਨੇ ਕੰਪਲੀਟ ਜਿਹੜੀ ਡੈਮੋਕਰੇਟਿਕ ਪ੍ਰੋਸੈਸ ਹੈ ਉਸ ਨੂੰ ਪੂਰਿਆਂ ਕਰਦੇ ਹੋਏ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਵੋਟਿੰਗ ਹੋ ਰਹੀ ਹੈ। ਐਂਡ ਜਿਸ ਪਰਿਵਾਰ ਬਾਰੇ ਜ਼ਿਕਰ ਕਰਦੇ ਸੀ ਪਰਿਵਾਰਵਾਦ ਦਾ, ਉਹਨਾਂ ਨੇ ਖੁਦ ਹੀ ਆਪਟ ਆਊਟ ਕਰ, ਉਹਨਾਂ ਨੇ ਬਕਾਇਦਾ ਤੌਰ ਹਰ ਡੈਲੀਗੇਟ ਜਿਹੜਾ ਇਲੈਕਟਿਡ ਡੈਲੀਗੇਟ ਹੈ ਉਹਨੂੰ ਹੱਕ ਦਿੱਤਾ ਕਿ ਤੁਸੀਂ ਆਪਣੀ ਚੋਇਸ ਦਾ ਹੁਣ ਪ੍ਰਧਾਨ ਚੁਣੋ, ਜਿਹਦੇ ਵਿੱਚ ਵੀ ਤੁਹਾਨੂੰ ਕੌਨਫੀਡੈਂਸ ਹੈ ਜਾਂ ਜੋ ਤੁਸੀਂ ਸਮਝਦੇ ਹੋ ਕਿ ਕਿਹੜਾ ਕਾਂਗਰਸ ਕਾਂਗਰਸ ਦੀ ਜਿਹੜੀ ਔਰਗਨਾਈਜੇਸ਼ਨਲ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਕਿਹਦੇ 'ਚ ਕਪੈਸਿਟੀ ਹੈ ਉਹਦੇ ਚੂਜ਼ ਕਰੋ। ਹੁਣ ਇਸ ਦਾ ਹਰ ਆਦਮੀ ਨੂੰ ਮੌਕਾ ਦਿੱਤਾ ਜਾ ਰਿਹਾ, ਹੁਣ ਇਹਦੇ ਰਿਜ਼ਲਟ ਤੁਹਾਡੇ ਕੋਲ ਆ ਹੀ ਜਾਣੇ ਨੇ। ਤੋ ਮੈਂ ਸਮਝਦਾ ਕਿ ਇੱਕ ਮੂੰਹ ਬੋਲਦੀ ਇੱਕ ਤਸਵੀਰ ਹੈ ਭਾਜਪਾ ਦਾ ਜਿਹੜਾ ਟੋਟਲ ਪ੍ਰਚਾਰ ਸੀ ਡਾਇਨੈਸਟੀ ਦੇ ਖਿਲਾਫ, ਪਰਿਵਾਰਕ ਰਾਜ ਦੇ ਖਿਲਾਫ, ਜੇ ਥੋੜ੍ਹਾ ਜਿਹਾ ਧਿਆਨ ਮਾਰ ਕੇ ਵੇਖੋ ਤਾਂ ਖੁਦ ਵੀ ਬਹੁਤ ਸਾਰੇ ਉਹਨਾਂ ਦੇ ਮੈਂਬਰਸ ਨੇ ਜਿਹੜੇ ਪਰਿਵਾਰਾਂ ਨਾਲ ਸੰਬੰਧ ਰੱਖਦੇ ਨੇ। ਬਟ ਭਾਜਪਾ ਨੂੰ ਹੁਣ ਇੱਕ ਗੱਲ ਹੈ ਕਿ ਸਾਡਾ ਕੋਈ ਵੀ ਆਦਮੀ ਸਾਡੀ ਪਾਰਟੀ ਵੀ ਅਤੇ ਅਸੀਂ ਹਰ ਸਹੂਲਤ ਉੱਤੇ ਇਹ ਰੂਲ ਸਾਡੇ 'ਤੇ ਅਪਲਾਈ ਨਹੀਂ ਕਰਦਾ, ਨਿਹਰਾ ਦੂਸਰੀਆਂ ਜਮਾਤਾਂ 'ਤੇ ਕਰਦਾ। ਤੋ ਇਸ ਗੱਲ ਕਰਨਾ ਤੁਹਾਡੇ ਸਾਹਮਣੇ ਹੈ, ਡੈਮੋਕਰੇਟਿਕ ਪ੍ਰੋਸੈਸ ਹੈ, ਅਸੀਂ ਵੀ ਕਹਿੰਦੇ ਹਾਂ। ਹੁਣ ਨੱਡਾ ਸਾਹਿਬ ਇਹਨਾਂ ਨੇ ਚੁਣੇ ਨੇ, ਤੁਸੀਂ ਵੀ ਕੰਪੀਟ ਕਰਵਾਉਂਦੇ, ਕੰਪੀਟੀਸ਼ਨ ਕਰਾਉਂਦੇ ਫਰੀ ਐਂਡ ਫੇਅਰ ਸਾਰੇ ਹਿੰਦੁਸਤਾਨ 'ਚ ਇਲੈਕਸ਼ਨ ਵਾ। ਤੁਸੀਂ ਕਹਿੰਦੇ ਹੋ ਸਾਡੇ ਕੋਲ ਸਾਰਿਆਂ ਨੂੰ ਵੱਡਾ ਕਾਡਰ ਹੈ, ਕਾਡਰ ਨੂੰ ਮੌਕਾ ਤਾਂ ਦਿੰਦੇ ਤੁਸੀਂ? ਇਹ ਗੱਲ ਤੁਸੀਂ ਕਾਂਗਰਸ ਦੀ ਲੀਡਰਸ਼ਿਪ 'ਤੇ ਸਵਾਲ ਕਰਦੇ ਰਹੋ ਅਤੇ ਉਹਨਾਂ ਨੇ ਸਾਫ਼ ਤੌਰ ਇਸ ਤੋਂ ਵੱਡਾ ਪ੍ਰੋਸੈਸ ਅਜੇ ਤੱਕ ਨਹੀਂ ਹੋਇਆ, ਲੋੜ ਭਾਵੇਂ ਨਹੀਂ ਸੀ। ਇਨਸਪਾਈਟ ਆਫ ਦੈਟ ਉਹਨਾਂ ਨੇ ਗੱਲ ਪ੍ਰੂਵ ਕਰਨ ਵਾਸਤੇ ਦਿੱਤਾ ਕਿ ਸਾਰਿਆਂ ਨੂੰ ਅੱਜ ਵੀ ਹਿੰਦੁਸਤਾਨ 'ਚ ਕੋਈ ਡੈਮੋਕਰੇਟਿਕ ਪਾਰਟੀ ਹੈ ਤਾਂ ਕਾਂਗਰਸ ਹੈ। ਬਾਜਵਾ ਸਾਹਿਬ, ਅਗਲੇ ਵੱਡਾ ਚੈਲੰਜ ਰਹਿਣ ਵਾਲਾ ਪ੍ਰਧਾਨ ਦੇ ਸਾਹਮਣੇ ਹਿਮਾਚਲ ਇਲੈਕਸ਼ਨ ਨੂੰ ਲੈ ਕੇ, ਗੁਜਰਾਤ ਇਲੈਕਸ਼ਨਾਂ ਨੂੰ ਲੈ ਕੇ, ਔਰ 24 ਦੀ ਇਲੈਕਸ਼ਨ ਤਾਂ ਚਲੋ ਰਹਿਣਗੀਆਂ। ਨਹੀਂ, ਅਸੀਂ ਚੈਲੰਜ ਨੂੰ ਕਬੂਲ ਕਰ ਰਹੇ ਹਾਂ। ਦੇਖੋ ਪਿਛਲੀ ਦਿਨੇ ਅਜੇ ਮੈਂ ਅਜੇ ਸੋਲਨ ਹੋ ਕੇ ਆਇਆ, ਸੋਲਨ ਦੀ ਰੈਲੀ ਦੇ ਵਿੱਚ ਇਤਿਹਾਸਿਕ ਇਕੱਠ ਸੀ, ਪ੍ਰਿਯੰਕਾ ਗਾਂਧੀ ਜੀ ਆਏ ਨੇ। ਐਂਡ ਆਮ ਵਰਕਰਸ ਦਾ ਇਹ ਮੰਨਣਾ ਸੀ ਕਿ ਜੇ ਇੱਕ ਮਹੀਨਾ ਜਿਹੜਾ ਇਲੈਕਸ਼ਨ ਤੱਕ ਦਾ ਹੈ ਉਹ ਪੂਰਾ ਇੱਥੇ ਡਟ ਕੇ ਬੈਠਣ, ਸਾਰਿਆਂ ਨਾਲ ਇਨ ਟੱਚ ਹੋਣ, ਤਾਂ ਕਾਂਗਰਸ ਨੂੰ ਬਹੁਤ ਵੱਡੀ ਜਿੱਤ ਮਿਲੀ। ਮੈਂ ਅੱਜ ਤੁਹਾਨੂੰ ਸਾਫ਼ ਤੌਰ, ਕਿਉਂਕਿ ਮੈਂ ਵੀ ਉੱਥੇ ਐਜ਼ ਅਬਜ਼ਰਵਰ, ਮੈਨੂੰ ਪਾਰਟੀ ਨੇ ਲਗਾਇਆ, ਕਾਂਗਰਸ ਘੱਟ ਤੋਂ ਘੱਟ 2/3 ਮੈਜੋਰਿਟੀ ਉੱਥੇ ਜਿੱਤੇਗੀ। ਇਹ ਅਸੀਂ ਇੱਕ ਮਹੀਨੇ ਤੋਂ ਬਾਅਦ ਫਿਰ ਤੁਹਾਨੂੰ ਮੈਂ ਰੈਗੂਲਰ ਮਿਲਦੇ ਹੀ ਰਹਿਣਾ। ਆਹ ਜਿਹੜੀ ਫਰਜ਼ੀ ਇਨਕਲਾਬੀਆਂ ਦੀ ਜਮਾਤ ਹੈ ਜਿਹੜੀ ਬੜੇ ਜ਼ੋਰ ਨਾਲ ਉੱਥੇ ਗਈ ਸੀ, ਬੋਰੀ ਬਿਸਤਰਾ ਚੁੱਕ ਕੇ ਭੱਜ ਗਈ, ਕਿਉਂਕਿ ਇਹਨਾਂ ਨੇ ਇੱਕ ਝੂਠੀ ਪਰਸੈਪਸ਼ਨ ਕ੍ਰੀਏਟ ਕਰਨੀ ਸੀ। ਝੂਠੀ ਪਰਸੈਪਸ਼ਨ ਕ੍ਰੀਏਟ ਕਰਨ ਵਾਸਤੇ ਇਹਨਾਂ ਨੂੰ ਉੱਥੇ ਗਰਾਊਂਡ ਨਹੀਂ ਤਿਆਰ ਮਿਲ ਸੀ, ਅਤੇ ਉੱਥੋਂ ਬੋਰੀ ਬਿਸਤਰਾ ਚੁੱਕਿਆ ਅਤੇ ਗੁਜਰਾਤ ਨੂੰ ਤੁਰ ਗਏ ਨੇ। ਉੱਥੇ ਵੀ ਇਹਨਾਂ ਨੇ ਕੁੜਤੇ ਝਾੜਦੇ ਗਿਣਤੀ 'ਚੋਂ ਬਾਹਰ ਨਿਕਲਣਾ, ਕੁਝ ਨਹੀਂ ਲੱਭਣਾ। ਅਕਾਲੀ 7 ਮਹੀਨਿਆਂ ਦੀ ਰਿਪੋਰਟ ਅਮਨ ਅਰੋੜਾ ਜੀ ਦੇ ਰਹੇ ਨੇ। ਪਹਿਲੀ ਗੱਲ ਤਾਂ ਮੈਂ ਸਮਝਦਾ ਕਿ ਘੱਟ ਤੋਂ ਘੱਟ 2 ਮਹੀਨੇ ਹੋਰ ਇੰਤਜ਼ਾਰ ਕਰਨਾ ਚਾਹੀਦਾ। 9 ਮਹੀਨਿਆਂ ਦੀ ਸਰਕਾਰ 'ਤੇ ਅਸੀਂ ਤਾਂ ਵੀ ਪੂਰੀ ਸਰਕਾਰ ਸਮਝਦੇ ਹਾਂ, 7 ਮਹੀਨਿਆਂ ਦੀ ਸਰਕਾਰ 'ਤੇ ਤੁਹਾਨੂੰ ਪਤਾ ਪਹਿਲੀ ਜਿਹੜੀ
ਇਹ 7 ਮਹੀਨਿਆਂ ਦੀ ਕਹੀ ਜਾਂਦੀ ਤੇ ਪੂਰੀ ਸਰਕਾਰ ਨੂੰ ਘੱਟੋ ਘੱਟ 9 ਮਹੀਨਿਆਂ ਦਾ ਟਾਈਮ ਦੇਣਾ ਚਾਹੀਦਾ ਸੀ। ਸਮਝ ਹੀ ਰਹੇ ਹੋ ਜਿਹੜਾ ਮੈਂ ਇਸ਼ਾਰਾ ਕਰ ਰਿਹਾ। ਤੋ ਬੁਨਿਆਦੀ ਕਮਜ਼ੋਰੀਆਂ ਨੇ 7 ਮਹੀਨਿਆਂ ਵਿੱਚ ਤੇ ਬੱਚਾ ਵੀ ਜਿਹੜਾ ਸਤਮਾਇਆ ਕਿਹਾ ਜਾਂਦਾ। ਸੋ ਇਹਨਾਂ ਦਾ 7 ਮਹੀਨਿਆਂ ਦੀ ਇਹਨਾਂ ਵਿਚਾਰਿਆਂ ਨੇ ਕੀ ਰਿਪੋਰਟ ਦੇਣੀ ਹੈ ਤੇ ਕਿਹੜੀ ਗੱਲ ਕਰਦੇ ਨੇ ਰਿਪੋਰਟ ਦੀ? ਕੋਈ ਇੱਕ ਸਿੰਗਲ ਕੋਈ ਦੱਸੋ ਤਾਂ ਸਹੀ। ਸਾਰਿਆਂ ਨੂੰ ਵੱਡਾ ਜਿਹਾ ਸਕੈਮ ਇੰਡੀਪੈਂਡੈਂਟ ਹਿੰਦੁਸਤਾਨ 'ਚ ਅਜੇ ਤੱਕ ਹੋਇਆ। ਇੱਕ ਵਾਰ ਤਾਂ ਅਸੀਂ ਪਹਿਲੇ ਸਿੱਧੂ ਇੱਥੇ SS ਜਦੋਂ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਸੀ ਉਦੋਂ ਕਾਂਗਰਸ ਦੀ ਸਰਕਾਰ ਵੇਲੇ ਹੱਥੀ ਫੜਿਆ ਗਿਆ ਸੀ। ਹੁਣ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਤੁਸੀਂ ਵੇਖਦੇ ਹੋ ਜਿਹੜੇ ਟੈਸਟ ਅੱਜ ਕੱਲ੍ਹ ਟੈਕਨੋਲੋਜੀ ਤੁਹਾਨੂੰ ਪਤਾ ਬੜੀ ਦੂਰ ਜਾ ਚੁੱਕੀ ਹੈ, ਬਲੂਟੂਥ ਦੇ ਜ਼ਰੀਏ ਜਿਹੜੀ ਨਕਲ ਮਰਵਾਈ ਜਾਂਦੀ ਹੈ। ਐਂਡ ਬਕਾਇਦਾ ਤੌਰ ਸਾਨੂੰ ਪਤਾ ਲੱਗਾ ਕਿ ਇੱਕ ਗੁਆਂਢੀ ਰਾਜ ਦਾ ਇੱਕ ਪ੍ਰੋਫੈਸ਼ਨਲ ਗੈਂਗ ਹੈ ਜਿਹੜਾ ਇਸ ਕਿਸਮ ਦੇ ਸਾਰੇ ਇੱਥੇ ਅਡੰਬਰ ਰਚਦਾ। ਇੱਥੇ ਵੀ ਤੁਸੀਂ ਵੇਖੋ ਪਹਿਲੀ 11 ਪੋਜੀਸ਼ਨ, ਕਿਉਂਕਿ ਇਹ ਜਿੱਥੇ ਵੀ ਪਬਲਿਕ ਸਰਵਿਸ ਕਮਿਸ਼ਨ ਨੇ ਆਪਣੇ ਸੈਂਟਰ ਰੱਖੇ ਨੇ ਇਹ ਉੱਥੇ ਰੱਖੇ ਗਏ ਨੇ ਜਿੱਥੇ ਉਹਨਾਂ ਦੇ ਕੋਲ ਇਹ ਟੈਕਨੋਲੋਜੀ ਨੂੰ ਰੋਕਣ ਦਾ ਕੋਈ ਜ਼ਰੀਆ ਨਹੀਂ। 11 ਬੰਦੇ ਇੱਕੋ ਬਲਾਕ ਦੇ ਤੇ ਇੱਕੋ ਹੀ ਸੈਂਟਰ ਦੇ ਨਿਕਲੇ, ਤਿੰਨ ਤਿੰਨ ਚਾਰ ਚਾਰ ਬੱਚੇ ਤੇ ਇੱਕ ਇੱਕ ਪਿੰਡ ਚੋਂ ਨਿਕਲ ਆਏ ਨੇ। ਜਿਹੜੇ ਪਟਵਾਰੀਆਂ ਦੇ ਟੈਸਟ ਦੇ ਵਿੱਚ ਜਿਹਨਾਂ ਨੂੰ 20% ਨੰਬਰ ਆਏ ਨੇ ਫੇਲ ਹੋਏ ਨੇ, ਉਹ ਨਾਇਬ ਤਹਿਸੀਲਦਾਰਾਂ ਦੇ ਟੈਸਟ ਫਸਟ ਕਲਾਸ 87% ਨੰਬਰ ਲੈ ਰਹੇ ਨੇ। ਸੋ ਇਹਦੀ ਅਪੀਲ ਮੇਰੀ ਗਵਰਨਰ ਸਾਹਿਬ ਕੋ ਵੀ ਹੋਏਗੀ। ਕਚਹਿਰੀ ਦਾ ਦਰਵਾਜ਼ਾ ਵੀ ਅਸੀਂ ਨੌਜਵਾਨ ਬੱਚਿਆਂ ਵਾਸਤੇ ਖਟਖਟਾਉਣ ਦੀ, ਮੈਂ ਇਹ ਆਪਣੇ ਵਕੀਲਾਂ ਨਾਲ ਗੱਲ ਕਰ ਰਿਹਾ, ਜੋ ਇਹਦੀ ਰਾਏ ਦੇਣਗੇ ਅਸੀਂ ਆਨਰੇਬਲ ਹਾਈਕੋਰਟ ਤੱਕ ਵੀ ਜਾਵਾਂਗੇ, ਕਿਉਂਕਿ ਪੰਜਾਬ ਦੇ ਬੱਚਿਆਂ ਨਾਲ ਜਿਸ ਕਿਸਮ ਦਾ ਬਹੁਤ ਵੱਡਾ ਮੈਂ ਕਹਿੰਦਾ ਉਹਨਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਗਿਆ। ਫਿਰ ਇਸ ਤੋਂ ਇਲਾਵਾ ਨਿਹਰਾ ਇਹੀ ਡਾਕਾ ਹੀ ਨਹੀਂ ਮਾਰਿਆ ਗਿਆ, ਕਾਬਲ ਬੱਚੇ ਨਜ਼ਰਅੰਦਾਜ਼ ਕੀਤੇ ਗਏ। ਦੂਸਰਾ ਇਸ ਤੋਂ ਇਲਾਵਾ ਵੇਖਦੇ ਹੋ ਤਕਰੀਬਨ 25% ਭਰਤੀਆਂ ਜਿਹੜੀਆਂ ਗੈਰ ਪੰਜਾਬੀ ਜਿਹੜੇ, ਕਿਉਂਕਿ ਪੰਜਾਬ ਦੇ ਵਿੱਚ ਭਰਤੀ ਦੇ ਵਿੱਚ ਸਾਰਿਆਂ ਨੂੰ ਪਹਿਲੀ ਸ਼ਰਤ ਹੈ ਕਿ ਹੀ ਹੈਜ਼ ਟੂ ਬੀ ਡੋਮਿਸਾਈਲ, ਪੰਜਾਬ ਦਾ ਜੰਮਿਆ ਹੋਣਾ ਚਾਹੀਦਾ। ਇਹ ਰੈਵਨਿਊ ਮਹਿਕਮੇ ਦੇ ਵਿੱਚ ਮੈਂ ਸਮਝਣਾ ਹੇਰਾ ਫੇਰੀ ਹੋ ਰਹੀ ਹੈ, ਇਹਨੂੰ ਬਹੁਤ ਗੰਭੀਰਤਾ ਨਾਲ ਵਿਚਾਰਨਾ ਪਏਗਾ। ਇੰਨੇ ਡੋਮਿਸਾਈਲ ਕਿੱਥੋਂ ਲੈ ਰਹੇ? ਕਿਉਂਕਿ ਉਹਦੇ ਵਿੱਚ ਨਾਲ ਡੋਮਿਸਾਈਲ ਹੋਣਾ ਨਾਲ 10ਵੀਂ ਪੰਜਾਬੀ 'ਚ ਪੜ੍ਹਿਆ ਹੋਣਾ ਚਾਹੀਦਾ। ਇਹ ਅਸੀਂ ਜਿੰਨੀਆਂ ਭਰਤੀਆਂ ਹੁਣ ਨੇੜਿਓਂ ਵੇਖੀਆਂ, ਭਾਵੇਂ ਬਿਜਲੀ ਬੋਰਡ 'ਚ ਨੇ ਕਿਤੋਂ ਨੇ, ਕੁਝ ਰਾਜਸਥਾਨ ਦੇ ਨੇ, ਕੁਝ ਇਹਦੇ ਵਿੱਚ ਦਿੱਲੀ ਦੇ ਨੇ, ਬਹੁਤ ਵੱਡੀ ਮੈਜੋਰਿਟੀ ਇਹਨਾਂ ਵਿੱਚ ਹਰਿਆਣੇ ਦੀ ਹੈ, ਕੋਈ ਹਿਮਾਚਲ ਦੀ ਹੈ, ਨਾਲ ਦੇ ਸੂਬਿਆਂ ਦੇ ਵਿੱਚੋਂ ਪੰਜਾਬ ਦਾ ਬੁਨਿਆਦੀ ਹੱਕ ਮਾਰ ਕੇ ਪਹਿਲੀ ਗੱਲ ਤਾਂ ਨੌਕਰੀਆਂ, ਦੂਜੀ ਗੱਲ ਅਮਨ ਅਰੋੜਾ ਜੀ ਨੂੰ ਮੈਂ ਪੁੱਛਣਾ ਚਾਹੁੰਦਾ, ਤੁਸੀਂ ਬੱਚਿਆਂ ਦੀ ਗੱਲ ਕੀਤੀ, ਮੈਂ ਇਹਨਾਂ ਨੂੰ ਓਪਨ ਚੈਲੰਜ ਦੇ ਰਿਹਾ, ਇਹ ਦੱਸੋ ਜਿੱਦਣ ਦੀ ਇਹਨਾਂ ਦੀ ਗਵਰਨਮੈਂਟ ਆਈ ਤੁਸੀਂ ਕਲੋਜ਼ਲੀ ਸਟੱਡੀ ਕਰੋ ਕਿ ਜਿੰਨੀਆਂ ਭਰਤੀਆਂ ਹੋਈਆਂ, ਠੀਕ ਹੈ ਮੈਂ ਸਮਝਣਾ ਸਾਡਾ ਪਾਰਟੀ ਦਾ ਕਾਫੀ ਹੱਦ ਤੱਕ ਸਾਡੀ ਜਿਹੜੀ ਗਵਰਨਰ ਗਵਰਨਮੈਂਟ ਸੀ ਪਿਛਲੀ, ਉਹਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਉਤਾਰਿਆ ਤੇ ਚਰਨਜੀਤ ਸਿੰਘ ਚੰਨੀ ਲੈ ਕੇ ਆਂਦਾ, ਜਿਹੜਾ ਉਹ ਇੰਟਰਵੀਨਿੰਗ ਪੀਰੀਅਡ ਹੈ, ਜਿਹੜੀਆਂ ਪੋਸਟਾਂ ਅਸੀਂ ਕੱਢੀਆਂ ਸੀ, ਜਿਹੜੀਆਂ ਭਰਤੀਆਂ ਹੋ ਚੁੱਕੀਆਂ ਸੀ ਉਹਨਾਂ ਬੱਚਿਆਂ ਨੂੰ ਜਿਹੜੀਆਂ ਲੈਟਰਸ ਜਿਹੜੀਆਂ ਭਰਤੀ ਦੀਆਂ ਦੇਣੀਆਂ ਸਾਨੂੰ ਚਾਹੀਦੀਆਂ ਸੀ, ਅਸੀਂ ਡਿਲੇ ਕਰ ਦਿੱਤੀਆਂ। ਉਹ ਸਾਰੀਆਂ ਭਰਤੀਆਂ ਕਾਂਗਰਸ ਦੇ ਟਾਈਮ ਤੇ ਹੋਈਆਂ ਨੇ ਤੇ ਉਹ ਸਾਰੀਆਂ ਜਿਹੜੀਆਂ ਨੇ ਚਿੱਠੀਆਂ ਹੁਣ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦਾ ਚੀਫ ਮਿਨਿਸਟਰ ਬਣ ਗਿਆ। ਤਾਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਅਮਨ ਅਰੋੜਾ ਜੀ ਨੂੰ, ਅਮਨ ਅਰੋੜਾ ਜੀ ਪ੍ਰੂਵ ਕਰੋ
ਕਿ ਤੁਹਾਡੀ ਸਰਕਾਰ ਮਾਰਚ ਦੇ ਮਹੀਨੇ 'ਚ ਅਪ੍ਰੈਲ ਆਨਵਰਡਸ ਕਿੰਨੀਆਂ ਨਵੀਆਂ ਤੁਹਾਡੀਆਂ ਭਰਤੀਆਂ ਦੀਆਂ ਉਹ ਨਿਕਲੀਆਂ ਨੇ, ਐਡਵਰਟਾਈਜ਼ਮੈਂਟਸ ਨਿਕਲੀਆਂ, ਉਹਨੂੰ ਤਾਂ ਤੁਸੀਂ ਕਹਿ ਸਕਦੇ ਹੋ ਆਮ ਆਦਮੀ ਦੀ ਭਰਤੀ, ਕਾਂਗਰਸ ਦੀ ਹੋਈ ਭਰਤੀ। ਇੱਕੋ ਗੱਲ ਹੈ ਕਿ ਅਸੀਂ ਅਣਗਹਿਲੀ ਹੋ ਗਈ ਉਦੋਂ ਸਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਵਿੱਚ। ਤੁਹਾਨੂੰ ਪਤਾ ਜਦੋਂ ਇੱਕ ਰਾਜ ਤੋਂ ਦੂਜਾ ਰਾਜ ਬਦਲਦਾ ਤੇ ਟਾਈਮ ਲੱਗਦਾ, ਅਫਸਰ ਵੀ ਬਦਲਦੇ, ਸਾਰਾ ਕੁਝ ਬਦਲਦਾ। ਉਹ ਜਿਹੜੇ ਜਿਹੜੇ ਬੱਚਿਆਂ ਨੂੰ ਸਾਨੂੰ ਖੁਦ ਨੌਕਰੀਆਂ ਦੀਆਂ ਚਿੱਠੀਆਂ ਖੁਦ ਦੇਣੀਆਂ ਚਾਹੀਦੀਆਂ ਸੀ, ਉਹ ਆਪ ਵਾਲਿਆਂ ਨੇ ਵੰਡ ਲਈ। ਹੁਣ ਇਸ ਤੋਂ ਅਗਲੀ ਚੀਜ਼ ਤੁਸੀਂ ਲਾਅ ਐਂਡ ਆਰਡਰ ਵੇਖ ਲਓ, ਕਿਹੜੀ ਚੀਜ਼ ਹੈ? ਕਹਿੰਦੇ ਕਿਸੇ ਆਦਮੀ ਦੀ ਜ਼ਿੰਦਗੀ, ਕਿਸੇ ਆਦਮੀ ਦਾ ਮਾਲ ਮਹਿਫੂਜ਼ ਨਹੀਂ। ਕੱਲ ਸ਼ਾਮ ਸੁੰਦਰ ਅਰੋੜਾ ਪੜਿਆ, ਮੈਂ ਵਿਜੀਲੈਂਸ ਵਾਲਿਆਂ ਨੂੰ ਮੁਬਾਰਕ ਦੇਣਾ ਚੰਗਾ ਕਰ। ਬਟ ਇਹਦੇ ਨਾਲ ਜਿਹੜਾ ਫੌਜਾ ਸਿੰਘ ਸਰਾਰੀ, ਉਹ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਇਹਨਾਂ ਦੇ ਬਹੁਤ ਸਾਰੇ MLA ਨੇ ਆਪ ਦੇ, ਇਹਨਾਂ ਦੇ ਮਨਿਸਟਰ ਮੰਤਰੀ ਮੰਡਲ ਚ ਵੱਡੇ ਪੈਮਾਨੇ ਤੇ ਕਰਪਸ਼ਨ ਸ਼ੁਰੂ ਹੋ ਚੁੱਕੀ। ਇਹ ਭਾਵੇਂ ਐਕਸਾਈਜ਼ ਦੇ ਮਹਿਕਮੇ ਨੂੰ ਲਾ ਲਓ, ਭਾਵੇਂ ਮਾਈਨਿੰਗ ਦੇ ਮਹਿਕਮੇ ਨੂੰ ਲਾ ਲਓ, ਹੋਰ ਬਹੁਤ ਸਾਰੇ ਡਿਪਾਰਟਮੈਂਟਸ ਨੇ ਜਿਹਦੀਆਂ ਸਾਡੇ ਕੋਲ ਆਲਰੇਡੀ ਕੰਪਲੇਂਟਸ, ਕਿਉਂਕਿ ਮੈਂ ਲੀਡਰ ਆਫ ਦੀ ਓਪੋਜੀਸ਼ਨ ਹੈ, ਸਾਡੇ ਕੋਲ ਆਲਰੇਡੀ ਕੰਪਲੇਂਟਸ ਆਉਣੀਆਂ ਸ਼ੁਰੂ ਹੋ ਗਈਆਂ। ਰੈਵਨਿਊ ਦਾ ਮਹਿਕਮਾ ਲਾ ਲਓ, ਇਹਦੇ ਫੂਡ ਐਂਡ ਸਪਲਾਈਜ਼ ਦਾ ਵੇਖ ਲਓ। ਤੋ ਇਹ ਸਾਰੀਆਂ ਚੀਜ਼ਾਂ ਆਉਂਦੇ ਟਾਈਮ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ। ਨਾਲ ਮੈਂ ਇੱਥੇ ਅੱਜ ਵਿਸ਼ੇਸ਼ ਤੌਰ ਜਿਹੜਾ ਕੇਜਰੀਵਾਲ ਨੇ ਆਪਣੇ ਆਪ ਨੂੰ ਇੱਕ ਸੈਮੀ ਗੌਡ ਦਾ ਸਟੇਟਸ ਦੇ ਦਿੱਤਾ, ਤੇ ਜਿਹਦੇ ਵਿੱਚ ਮਨੀਸ਼ ਸਿਸੋਦੀਆ ਨੂੰ ਤੇ ਸਤਿੰਦਰ ਜੈਨ ਦੀ ਤੁਲਨਾ ਇਹਨੇ ਸ਼ਹੀਦ ਆਜ਼ਮ ਭਗਤ ਸਿੰਘ ਨਾਲ ਕੀਤੀ ਹੈ, ਮੈਂ ਉਸ ਗੱਲ ਨੂੰ ਬਹੁਤ ਜ਼ੋਰ ਨਾਲ ਖੰਡਨ ਕਰ। ਸ਼ਹੀਦ ਆਜ਼ਮ ਭਗਤ ਸਿੰਘ ਦੀ ਖੰਡ ਜਿਹੜੀ ਹੈ, ਤੁਸੀਂ ਤੁਲਨਾ ਤੁਸੀਂ ਇਹਨਾਂ ਲੋਕਾਂ ਦੀ ਕਰੋ ਜਿਹਨਾਂ ਦਾ ਸ਼ਰੇਆਮ ਵੱਡੇ ਸਕੈਂਡਲ ਦੇ ਵਿੱਚ ਨਾਂ ਆ ਰਿਹਾ। ਅੱਜ ਸਿਸੋਦੀਆ ਨੂੰ, ਮਨੀਸ਼ ਸਿਸੋਦੀਆ ਨੂੰ CBI ਨੇ ਸਮਨ ਕੀਤਾ, ਐਕਸਾਈਜ਼ ਐਂਡ ਟੈਕਸੇਸ਼ਨ ਦੇ ਕੇਸ 'ਚ ਸਮਨ ਕੀਤਾ, ਤੇ ਤੁਸੀਂ ਉਹਨੂੰ ਇੱਕ ਹੋਰ ਹੀ ਜਾਮਾ ਬਣਾ ਕੇ ਇੱਕ ਫਰੀਡਮ ਫਾਈਟਰ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਗੱਲ ਇਸ ਤਰ੍ਹਾਂ, ਮੈਂ ਤੁਹਾਨੂੰ ਦੱਸਿਆ ਪਾਸਟ ਮਾਸਟਰਸ ਨੇ, ਇਹਨਾਂ ਕੋਲ ਡਾਕਟਰੇਟ ਹੈ ਝੂਠ ਬੋਲਣ ਦੀ, ਇਹਨਾਂ ਕੋਲ ਡਾਕਟਰੇਟ ਹੈ ਲੋਕਾਂ ਨੂੰ ਮਿਸਲੀਡ ਕਰਨ। ਇਹੀ ਕੇਜਰੀਵਾਲ ਹੈ ਜਿਹੜਾ ਗੁਜਰਾਤ 'ਚ ਜਾ ਕੇ ਸਕੂਟਰ ਰਿਕਸ਼ੇ ਚੜ੍ਹ ਜਾਂਦਾ ਹੈ, ਜਦੋਂ ਦਿੱਲੀ ਪਹੁੰਚਦਾ ਤੇ ਲੈਂਡ ਕਰੂਜ਼ਰ ਚੜ੍ਹ ਜਾਂਦਾ। ਇਹੀ ਉਹ ਕੇਜਰੀਵਾਲ ਹੈ ਜਿਹਨੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹੀ ਸੀ ਕਿ ਅਪ੍ਰੈਲ ਦੇ ਮਹੀਨੇ ਤੋਂ ਇੱਕ ਵੀ ਜੇ ਖੁਦਕਸ਼ੀ ਹੋਏਗੀ ਕਿਸਾਨਾਂ ਵੱਲੋਂ ਜਾਂ ਖੇਤ ਮਜ਼ਦੂਰਾਂ ਵੱਲੋਂ ਮੈਂ ਰਿਸਪੋਂਸੀਬਲ ਹੋਊਂਗਾ। ਇਹਨਾਂ ਦਾ ਇੱਕ ਮੰਤਰੀ, ਇਹਨਾਂ ਦਾ MLA ਕਦੀ ਉਹਨਾਂ ਘਰਾਂ ਦੇ ਵਿੱਚ, ਤਕਰੀਬਨ 117 ਤੋਂ 120 ਖੁਦਕਸ਼ੀਆਂ ਹੋ ਚੁੱਕੀਆਂ, ਇੱਕ ਵੀ ਘਰ ਦੇ ਵਿੱਚ ਨਾ ਇਹਨਾਂ ਵਿਜ਼ਿਟ ਕੀਤਾ, ਨਾ ਉਹਨਾਂ ਨੂੰ ਕੋਈ ਮਾਲੀ ਮਦਦ ਦਿੱਤੀ ਹੈ, ਨਾ ਨੌਕਰੀਆਂ ਦੀ ਮਦਦ ਦਿੱਤੀ। ਇਹੀ ਕੇਜਰੀਵਾਲ ਸਾਹਿਬ ਨੇ ਜਿਹੜੇ ਕਹਿੰਦੇ ਸੀ 24 ਘੰਟਿਆਂ ਦੇ ਵਿੱਚ ਬਰਗਾੜੀ ਤੇ ਬਹਿਬਲ ਕਲਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ, ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕੀਤੀਆਂ, ਅਸੀਂ ਕਟਹਿਰੇ ਦੇ ਵਿੱਚ ਉਹਨਾਂ ਨੂੰ ਖੜਿਆ ਕਰ ਦਾਂਗੇ, ਜੇਲ੍ਹਾਂ ਵਿੱਚ ਵਾੜ ਦੇਵਾਂਗੇ। ਤੇ ਸਰ ਚਰਨਜੀਤ ਸਿੰਘ ਚੰਨੀ ਨੂੰ ਇਹ ਗੱਲ ਕਹੀ ਸੀ ਉਦੋਂ ਕੇਜਰੀਵਾਲ ਸਾਹਿਬ ਨੇ, ਸੱਜੇ ਹੱਥ ਭਗਵੰਤ ਸਿੰਘ ਮਾਨ ਖਲੋਤਾ ਸੀ, ਖੱਬੇ ਹੱਥ ਕੁੰਵਰ ਵਿਜੇ ਪ੍ਰਤਾਪ ਖਲੋਤਾ ਸੀ, ਇਹ ਗੱਲ ਕਹੀ ਸੀ ਕਿ ਚੰਨੀ ਜੀ ਖੱਬੇ ਸੱਜੇ ਨਾਲ ਵੇਖੋ, ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਦੀ ਰਿਪੋਰਟ ਖੋਲੋ, ਜਿੰਨੇ ਆਦਮੀ ਗੁਨਾਹਗਾਰ ਨੇ ਉਹਦੇ ਵਿੱਚ ਨਾਂ ਲਿਖਿਆ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕਰੋ। ਅੱਜ ਕੁੰਵਰ ਵਿਜੇ ਪ੍ਰਤਾਪ ਖੁਦ 3 ਦਿਨ ਪਹਿਲੇ ਬਰਗਾੜੀ ਬਹਿਬਲ ਕਲਾਂ ਜਾ ਕੇ ਉਸ ਮੋਰਚੇ 'ਚ ਕੁੰਵਰ ਵਿਜੇ ਪ੍ਰਤਾਪ ਨੇ ਆਪਦੇ MLA ਨੇ ਜਿਹਨੇ ਨੌਕਰੀ ਆਪਣੀ IPS ਦੀ ਛੱਡੀ,
ਉਹਨੇ ਸਾਫ਼ ਤੌਰ ਕਹਿ ਦਿੱਤਾ ਕਿ ਮੈਨੂੰ ਕੋਈ ਫੇਥ ਨਹੀਂ, ਮੈਨੂੰ ਕੋਈ ਵਿਸ਼ਵਾਸ ਨਹੀਂ ਇਹਨਾਂ ਕਰਨਾ ਕੁਝ ਨਹੀਂ। ਤੇ ਤੁਸੀਂ ਆਪ ਦੱਸ ਸਕਦੇ ਹੋ ਕਿ ਸੱਤ ਮੂਹੀ ਜਿਹੜੀ 7 ਮਹੀਨਿਆਂ ਵਾਲੀ ਸਰਕਾਰ ਇਹਨਾਂ ਤਾਂ ਕੀ, ਮੈਨੂੰ ਕੋਈ ਇੱਕ ਚੀਜ਼ ਦੱਸੇ ਨੇ ਇਹਨਾਂ ਕੋਲ ਕੀਤੀ ਆ? ਵੇਖੋ ਰੇਤ ਤੇ ਬਜਰੀ ਇਹ ਕਹਿੰਦੇ ਸੀ ਅਸੀਂ ਅੱਧੇ ਰੇਟ ਤੋਂ ਕਾਂਗਰਸ ਤੋਂ ਕਰ ਦਾਂਗੇ। ਕਾਂਗਰਸ ਵੇਲੇ 250 ਰੁਪਈਆ ਸੈਂਕੜਾ ਰੇਟ ਸੀ, ਅੱਜ 8 ਰੁਪਈਏ ਸੈਂਕੜਾ। ਕਿਤੇ ਪੰਜਾਬ ਚ ਅਵੇਲੇਬਲ ਨਹੀਂ। ਮੈਂ ਇਸੇ ਅਮਨ ਅਰੋੜਾ ਜੀ ਨੂੰ ਕਹਿਣਾ ਚਾਹਾਂਗਾ, ਅਮਨ ਅਰੋੜਾ ਜੀ ਤੁਸੀਂ ਤੇ ਮੇਰਾ ਖਿਆਲ ਆਪਣੇ ਹਲਕੇ ਚ ਗਿਆ ਨੂੰ ਦੇਰ ਹੋ ਗਈ ਲੱਗਦੀ। ਤੁਹਾਡੇ ਮੁੱਖ ਮੰਤਰੀ ਨੂੰ ਤਾਂ ਕਿਸਾਨਾਂ ਨੇ ਇੱਕ ਹਫ਼ਤਾ ਹੋ ਗਿਆ ਆਪਣੇ ਘਰ ਨਹੀਂ ਵੜਨ ਦਿੱਤਾ ਸੰਗਰੂਰ ਵਾਲੇ। ਤੁਸੀਂ ਉੱਥੇ ਜਾਓ ਕਦੀ ਮਿਸਤਰੀਆਂ ਨੂੰ ਲੇਬਰ ਨੂੰ ਪੁੱਛੋ, ਪਿਛਲੇ 2.5 ਮਹੀਨੇ ਕੋਈ ਲੇਬਰ ਨੂੰ ਕੰਮ ਨਹੀਂ ਮਿਲਿਆ, ਕਿਸੇ ਨੂੰ ਦਿਹਾੜੀ ਨਹੀਂ ਮਿਲੀ, ਕਿਸੇ ਮਿਸਤਰੀ ਕੋਈ ਕੰਮ ਨਹੀਂ, ਕਿਸੇ ਠੇਕੇਦਾਰ ਕੋਈ ਕੰਮ ਨਹੀਂ। ਜਿਹੜਾ ਮਹਿਕਮਾ ਤੁਹਾਨੂੰ ਦਿੱਤਾ ਉਹਦਾ ਕੋਈ CLU ਪਾਸ ਨਹੀਂ ਹੋ ਰਿਹਾ। ਸਾਰੇ ਪੰਜਾਬ ਦੇ ਵਿੱਚ ਸਮੁੱਚਾ ਪੰਜਾਬ ਦੀ ਕੰਸਟਰਕਸ਼ਨ ਇੰਡਸਟਰੀ ਕੰਪਲੀਟਲੀ ਬੰਦ ਪਈ। ਕਿਹੜੀ ਰਿਪੋਰਟ ਕਾਰਡ ਤੁਸੀਂ ਪੇਸ਼ ਕਰਦੇ ਫਿਰ ਮੈਨੂੰ ਤੇ ਗੱਲ ਹੀ ਛੱਡ ਲਓ। ਮੈਂ ਤੇ ਓਪੋਜੀਸ਼ਨ ਪਾਰਟੀ ਦਾ ਲੀਡਰ ਆ, ਕਹਿਣਗੇ ਜੀ ਓਪੋਜੀਸ਼ਨ ਤੇ ਕਹਿੰਦੀ ਹੁੰਦੀ। ਮੈਂ ਇੱਕੋ ਗੱਲ ਕਹਿੰਦਾ, ਜਿਸ ਜਮਾਤ ਦਾ ਇੱਕ MLA ਜਿਹਨੇ 30 ਸਾਲ ਇੰਡੀਅਨ ਪੁਲਿਸ ਸਰਵਿਸ ਵਿੱਚ ਕੰਮ ਕੀਤਾ, ਜਿਹੜਾ ਬਹਿਬਲ ਕਲਾਂ ਤੇ ਬਰਗਾੜੀ ਦੀ ਜਿਹੜੀ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਬਣੀ ਸੀ ਉਹਦਾ ਮੈਂਬਰ ਸੀ, ਪਿਛਲੇ ਤਕਰੀਬਨ 3-4 ਸਾਲ ਉਹਨੇ ਕੰਮ ਕੀਤਾ, ਉਹਨੇ ਖੁਦ ਹੀ ਉੱਥੇ ਗੱਲ ਕਹਿਤੀ। ਤੇ ਈਵਨ ਵੇਖੋ ਗੱਲ ਇਹ ਹੈ, ਮੈਂ ਸਪੀਕਰ ਸਾਹਿਬ ਨੂੰ ਕਹੂੰਗਾ, ਸਪੀਕਰ ਸਾਹਿਬ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਓ, ਕੁਝ ਕੰਸਟੀਟਿਊਸ਼ਨਲ ਪੋਸਟਾਂ ਨੇ, ਸਪੀਕਰ ਦੀ ਪੋਸਟ, ਗਵਰਨਰ ਦੀ ਪੋਸਟ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਪੋਸਟ ਤੇ ਰਾਸ਼ਟਰਪਤੀ ਜੀ ਦੀ ਪੋਸਟ। ਜਿੰਨਾ ਚਿਰ ਤੁਸੀਂ ਇਹਨਾਂ ਪੋਜੀਸ਼ਨਾਂ ਦੇ ਵਿੱਚ ਹੋ ਉਨਾ ਚਿਰ ਤੁਸੀਂ ਕੋਈ ਨਾ ਤੇ ਰਾਜਨੀਤਿਕ ਕਿਸੇ ਪ੍ਰੋਗਰਾਮ 'ਚ ਜਾ ਸਕਦੇ ਹੋ ਨਾ ਧਾਰਮਿਕ ਪ੍ਰੋਗਰਾਮ 'ਚ, ਤੁਸੀਂ ਪ੍ਰਾਈਵੇਟ ਤੌਰ 'ਤੇ ਜਾ ਕੇ ਮੱਥਾ ਟੇਕ ਕੇ ਆ ਸਕਦੇ, ਬਟ ਸਪੀਚ ਕਰਨੀ, ਗਵਰਨਮੈਂਟ ਦਾ ਪੱਖ ਰੱਖਣਾ ਕਿ 45 ਦਿਨ ਦੇਵੋ। ਵੇਖੋ ਸੰਧਵਾ ਸਾਹਿਬ, ਪਹਿਲੀ ਗੱਲ ਤੁਸੀਂ ਜਿਹੜੇ ਲੇਡ ਪ੍ਰਿੰਸੀਪਲਸ ਹੈ ਨੇ, ਸਪੀਕਰ ਨੂੰ ਕਿਸ ਤਰ੍ਹਾਂ ਆਪਣੇ ਆਪ ਨੂੰ ਬਾਹਰ ਕੰਡਕਟ ਕਰਨਾ ਚਾਹੀਦਾ, ਤੁਸੀਂ ਉਹ ਹੀ ਕੰਡਕਟ ਨਹੀਂ ਕਰ ਰਹੇ। ਜਦੋਂ ਤੁਸੀਂ ਸਪੀਕਰ ਬਣਦੇ ਹੋ ਤੁਹਾਡਾ ਨਾਤਾ ਆਪਣੀ ਪੋਲੀਟੀਕਲ ਜਮਾਤ ਤੋਂ ਟੁੱਟ ਜਾਂਦਾ, ਜਿੰਨਾ ਚਿਰ ਤੁਸੀਂ ਸਪੀਕਰ, ਤੁਸੀਂ ਉੱਥੇ ਜਾ ਕੇ ਆਪ ਨੂੰ ਰਿਪ੍ਰੈਜੈਂਟ ਕਰ ਰਹੇ ਹੋ। ਇਸ ਤੋਂ 1 ਮਹੀਨਾ ਪਹਿਲੇ ਤੁਸੀਂ ਜਾਂਦੇ ਹੋ, ਉਦੋਂ 15 ਦਿਨ ਮੰਗਦੇ ਹੋ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਹਰ ਦਫ਼ਾ ਤੁਸੀਂ ਲੈਕਚਰ ਕਰਦੇ ਹੋ, ਐਤਕੀ ਫਿਰ ਤੁਸੀਂ ਕਹਿੰਦੇ ਜੇ 45 ਦਿਨਾਂ 'ਚ ਨਾ ਹੋਇਆ ਤੇ ਅਸੀਂ ਇਹੋ ਜਿਹੀਆਂ ਸਰਕਾਰਾਂ ਤੋਂ ਕੀ ਰਹਿਣਾ, ਮੇਰੀ ਸਰਕਾਰ ਤੇ ਗੁਰੂ ਗ੍ਰੰਥ ਸਾਹਿਬ। ਹੁਣ ਤੁਸੀਂ ਇਹ ਗੱਲ ਕਹਿਤੀ ਹੈ, ਥੋੜੇ ਦਿਨ ਹੋਰ ਉਡੀਕ ਲੈਂਦੇ ਆ, ਬਣਨਾ ਫਿਰ ਵੀ ਤੁਹਾਡੇ ਕੋਲ ਕੋਈ ਇਸ ਸਰਕਾਰ ਦੀ। ਵੇਖੋ ਇੱਕ ਮੋਟੇ ਤੌਰ ਸਮਝ ਲਓ, ਇਹ ਭਗਵੰਤ ਮਾਨ ਦੇ ਵੱਸ ਦੀ ਖੇਡ ਨਹੀਂ, ਭਗਵੰਤ ਸਿੰਘ ਮਾਨ ਤੇ ਇੱਕ ਮਖੌਟ ਹੈ, ਇਹ ਜਿਹੜਾ ਸਰਸੇ ਵਾਲਾ ਸਾਧ ਹੈ ਇਹਦੀ ਬਕਾਇਦਾ ਤੌਰ ਅੰਡਰਸਟੈਂਡਿੰਗ ਕੇਜਰੀਵਾਲ, ਕੇਜਰੀਵਾਲ ਨੇ ਇਹਦੀ ਮਦਦ ਹਰਿਆਣੇ 'ਚ ਵੀ ਲੈਣੀ ਤੇ ਦਿੱਲੀ 'ਚ ਲਈ, ਇਹ ਫੈਸਲਾ ਕੇਜਰੀਵਾਲ ਦੇ ਹੱਥ। ਕੇਜਰੀਵਾਲ ਜਿਹੜਾ ਇਹ ਪੰਜਾਬ ਨੂੰ ਹੱਕ, ਨਾ ਪੰਜਾਬੀਅਤ ਨੂੰ ਹੱਕ, ਨਾ ਪਾਣੀਆਂ 'ਤੇ ਹੱਕ, ਨਾ ਸਿੱਖਾਂ ਨੂੰ ਹੱਕ, ਕੁਝ ਇਹਨਾਂ ਤੋਂ ਨਹੀਂ ਮਿਲਦਾ, ਇਹ ਦਿੱਲੀ ਵਾਲੇ ਨੇ। ਇਹਨਾਂ ਨੇ ਇੱਕ ਵਾਰ ਲੋਕਾਂ ਨੂੰ ਭਰਮਾਉਣਾ ਸੀ, ਭਰਮਾ ਲਿਆ, ਵੋਟਾਂ ਲੈ ਲਈਆਂ, ਹੁਣ ਤੁਸੀਂ ਲੱਭਦੇ ਫਿਰੋ ਇਹਨਾਂ ਨੂੰ, ਕਿਸੇ ਨੂੰ ਕੋਈ ਨਹੀਂ ਲੱਭਣੇ। ਫਰੋਡ ਕਰਨ ਵਾਲੀ, ਝੂਠ ਬੋਲਣ ਵਾਲੀ ਜਮਾਤ ਹੈ। ਤੁਸੀਂ ਵੇਖੋ ਅੱਜ ਕਰਪਸ਼ਨ ਦੇ ਚਾਰਜਸ 'ਤੇ ਮਨੀਸ਼ ਸਿਸੋਦੀਆ ਨੂੰ CBI ਸੱਦ ਰਹੀ, ਤੁਸੀਂ ਮਨੀਸ਼ ਸਿਸੋਦੀਆ ਅਤੇ ਸਿੰਦਰ ਜੈਨ ਦੀ ਅਤੇ ਰਾਘਵ ਚੱਢੇ ਦੀ
ਤੁਸੀਂ ਤੁਲਨਾ ਸ਼ਹੀਦ ਆਜ਼ਮ ਭਗਤ ਸਿੰਘ ਨਾਲ ਕਰੋ। ਇਸ ਤੋਂ ਵੱਡੀ ਸ਼ਰਮਨਾਕ, ਇਸ ਤੋਂ ਵੱਡੀ ਹੋਰ ਕਿਸ ਕਿਸਮ ਦੀ, ਮੈਂ ਸਮਝਣਾ ਕਿਹੜੇ ਸ਼ਬਦਾਂ ਦੇ ਵਿੱਚ ਅਸੀਂ ਇਹਦੀ ਨਿੰਦਾ ਕਰੀਏ। ਇਹ ਆਪਣੇ ਆਪ ਨੂੰ ਹੁਣ ਸੈਮੀ ਗੋਡ ਸਮਝਣ ਲੱਗ ਪਿਆ, ਆਪਣੇ ਆਪ ਨੂੰ ਪਰਮਾਤਮਾ ਦੇ ਰੂਪ ਦੇ ਵਿੱਚ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਤਾਂ ਮੈਂ ਸਮਝਣਾ ਕਿ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ, ਕੋਈ ਹੋਰ ਸਵਾਲ ਕਰਨਾ ਤਾਂ ਨਹੀਂ।